ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਨੇ, ਸਵਾਗਤ ਆ ਤੁਹਾਡਾ ਆਪਣੇ ਚੈਨਲ ਪੰਜਾਬੀ ਇਨ ਹੰਗਰੀ 'ਤੇ। ਅੱਜ ਆਪਣੇ ਨਾਲ ਇੱਕ ਹੋਰ ਬਾਈ ਆਇਆ, ਆਪਣਾ ਦਿਲਪ੍ਰੀਤ, ਇੰਡੀਆ ਤੋਂ ਨਵਾਂ ਹੀ ਆਇਆ ਬਾਈ ਫਾਰਮ ਦੇ ਵਿੱਚ। ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਬਾਰੇ, ਵੀ ਕਿਵੇਂ ਲੱਗਿਆ ਵੀਜ਼ਾ ਬਾਈ ਦਾ ਅਤੇ ਕਿਵੇਂ ਲੱਗਿਆ ਇਹਨੂੰ ਹੰਗਰੀ, ਹੈ ਨਾ, ਕੀ ਹਿਸਾਬ ਕਿਤਾਬ, ਕਿਵੇਂ ਵੀ ਕੀ ਕੁਐਸਚਨ ਆਨਸਰ ਹੋਏ ਇਹਦੇ ਐਮਬੈਸੀ ਦੇ ਵਿੱਚ, ਉਹ ਸਾਰੀ ਗੱਲਬਾਤ ਕਰਾਂਗੇ ਆਪਾਂ। ਅਤੇ ਪਹਿਲਾਂ ਸਾਰੇ ਜਣੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ, ਹੈ ਨਾ। ਅਤੇ ਚਲੋ ਆ ਜਾਓ ਕਰਦੇ ਹਾਂ ਗੱਲਬਾਤ। ਹਾਂ ਬਾਈ, ਕੀ ਹਾਲ ਆ ਦਿਲਪ੍ਰੀਤ? ਵਧੀਆ ਵਧੀਆ ਵੀਰੇ, ਆਪਣਾ ਤੁਸੀਂ ਦੱਸੋ ਵੀਰੇ, ਕਿਵੇਂ ਹੋ? ਹਾਂ ਵਧੀਆ ਵਧੀਆ। ਹੋਰ ਬਾਈ, ਫਿਰ ਪਹੁੰਚ ਗਿਆ ਹੰਗਰੀ? ਹੈ ਹਾਂ ਵੀਰੇ, ਪਹੁੰਚ ਗਏ। ਹਾਂ ਸਫ਼ਰ ਥੋੜ੍ਹਾ ਲੰਬਾ, ਯਾਨੀ ਕਿ ਵਧੀਆ ਰਿਹਾ ਵੀਰੇ, ਫਿਰ ਵੀ ਪਹੁੰਚ ਗਏ। ਹਾਂ ਹੁਣ ਤਾਂ ਵੀਰੇ ਆਪਣੇ ਇੱਧਰ ਚੱਲਦਾ ਨਾ, ਜਿਵੇਂ ਸਟੇਜ ਟੂ ਸੀ ਆਪਣੇ ਇੱਧਰ, ਪੰਜਾਬੀ ਮੁੰਡੇ ਬਹੁਤ ਹੀ ਨਾ ਇੱਧਰ ਆਇਆ, ਗਾਹਾਂ ਪੁੱਧਾ ਫੇਸਟ ਵੀ ਬਹੁਤ ਨੇ। ਵਧੀਆ ਵੀਰੇ, ਜੀ ਜੂ ਲੱਗਿਆ ਰਿਹਾ ਯਾਰ, ਐਂ ਨਹੀਂ ਹੋਇਆ, ਕੋਈ ਘਬਰਾਹਟ ਨਹੀਂ ਹੋਈ, ਹੈ ਨਾ, ਕੁਛ ਨਹੀਂ ਹੋਇਆ, ਸਮਝ ਵਧੀਆ ਜੀ ਲੱਗਿਆ ਉਹਨਾਂ ਨੇ, ਹੋਰ ਹਾਲ ਚਾਲ ਪੁੱਛਿਆ, ਖਾਣ ਪੀਣ ਦੀ ਸੇਵਾ ਵਧੀਆ ਕੀਤੀ ਬੰਦਿਆਂ ਨੇ, ਆਪ ਵੀ ਹੈਲਪ ਹੁਲਪ ਕਰਤੀ, ਥੋੜ੍ਹਾ ਬੋਲਣ 'ਚ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਨਾ ਬੋਲੀ 'ਚ, ਕੋਈ ਚੱਕਰ ਨਹੀਂ ਵੀਰੇ, ਵਾਧੂ ਆ ਹੁਣ ਤਾਂ ਯਾਰ। ਹਾਂ ਅੱਗੇ, ਹਾਂ ਬਹੁਤ ਹੋ ਗਏ, ਇਹ ਗੱਲ ਬਾਈ ਨੇ ਵਧੀਆ ਕਹੀ ਆ। ਅੱਗੇ ਜਦੋਂ ਆਉਂਦੇ ਸੀ 3-4 ਸਾਲ ਪਹਿਲਾਂ, ਉਦੋਂ ਕੋਈ ਨਹੀਂ ਹੁੰਦਾ ਸੀ ਆਪਣਾ ਪੰਜਾਬੀ ਬੰਦਾ, ਹੁਣ ਤਾਂ ਜਦੋਂ ਆਪਾਂ ਏਅਰਪੋਰਟ 'ਤੇ ਆਉਂਦੇ ਹਾਂ ਤਾਂ ਆਪਾਂ ਨੂੰ ਮੂਹਰੇ ਹੀ ਆਪਣੇ ਪੰਜਾਬੀ ਭਾਈ ਉੱਥੇ ਏਅਰਪੋਰਟ 'ਤੇ ਜਿਹੜੇ ਕੰਮ ਕਰਦੇ ਨੇ, ਕੰਮ ਵੀ ਬਹੁਤ ਕਰਦੇ ਆ, ਉਹ ਵੀ ਮਿਲ ਜਾਂਦੇ ਨੇ। ਅਤੇ ਹੋਰ ਵੀ ਜਿਹੜੇ ਜਾਣੀ ਇੰਡੀਆ ਤੋਂ ਆਉਂਦੇ ਨੇ, ਬਹੁਤ ਮੁੰਡੇ ਆ ਰਹੇ ਨੇ, ਕੋਈ ਨਾ ਕੋਈ ਫਲੈਟ 'ਚ ਨਾਲ ਆਪਾਂ ਨੂੰ ਸਾਥ ਬਣ ਜਾਂਦਾ, ਜਾਣੀ ਕੋਈ ਡਰਨ ਦੀ ਗੱਲ ਨਹੀਂ, ਜਿਹਨੇ ਨਵੇਂ ਜਾਣੀ ਨਵੇਂ ਨੇ ਆਉਣਾ ਵਾ ਵੀ ਇਕੱਲਾ ਆਊਂਗਾ ਮੈਂ, ਕੋਈ ਨਾ ਕੋਈ ਤੁਹਾਨੂੰ ਸਾਥ ਮਿਲ ਹੀ ਜਾਣਾ ਵਾ। ਅਤੇ ਇਹਦੀ ਬਾਈ ਦੀ ਦੁਬਈ ਸਟੇ ਸੀਗੀ, ਦੁਬਈ ਤਾਂ ਹਿੰਦੀ ਓ ਚੱਲਦੀ ਹੋਊ, ਦੁਬਈ ਤਾਂ ਵੀਰੇ ਹਿੰਦੀ ਚੱਲਦੀ ਆ। ਬਾਕੀ ਵੀਰੇ ਨਾ, ਜਿਵੇਂ ਸਟੇ ਹੁੰਦੀ ਆ, ਜਿਵੇਂ ਫਲਾਈਟ ਹੁੰਦੀ ਆ ਨਾ, ਫਲਾਈਟ ਦਾ ਹਰ ਇੱਕ ਦਾ ਵੀਰੇ ਇੱਕ ਕੋਈ ਨਾ ਕੋਈ ਲਿੰਕ ਹੁੰਦਾ ਐਪ ਹੁੰਦਾ, ਉਹ ਡਾਊਨਲੋਡ ਕਰ ਲਿਓ ਤੇ ਵੀਰੇ ਪਤਾ ਲੱਗ ਜਾਂਦਾ ਫਲਾਈਟ ਕਿੰਨੇ ਵਾਰੀ ਕਿੱਥੋਂ ਤੁਰੂ ਅਤੇ ਕਿਹੜੇ ਟਰਮੀਨਲ ਤੋਂ ਤੁਰੂ। ਅਤੇ ਬਾਕੀ ਆਪਣਾ ਵੀਰੇ ਬੰਦਾ ਸੀ, ਉਹਨੇ ਮੁੰਡੇ ਨੇ ਵਧੀਆ ਟਰੈਵਲ ਕੀਤਾ, ਇੱਕ ਮੁੰਡਾ ਮੇਰਾ ਹੋਰ ਸੀ ਕਹਾਣੀ ਘੁੰਮਟ ਪਿੰਡ ਸੀ ਉਹਦਾ, ਉਹ ਬੰਦਾ ਬਹੁਤ ਰੌਣਕ, ਉਹਨੇ ਜੀ ਜੂ ਲਵਾਈ ਰੱਖਿਆ ਵਧੀਆ, ਉਹ ਬਹੁਤ ਉਹ ਬੰਦਾ ਘੈਂਟ ਸੀ, ਖੁੱਲ੍ਹਾ ਦਿਲ ਆ ਸੀ ਥੋੜ੍ਹਾ ਜਿਹਾ, ਚੱਲ ਉਹਦਾ ਵੀ ਵਧੀਆ ਜੀ, ਸਾਡਾ 3 ਜਣਿਆਂ ਦਾ ਸਾਥ ਆ, ਮਿਲ ਕੇ ਥੋੜ੍ਹਾ ਸਫ਼ਰ ਵਧੀਆ ਹੋਵੇ, ਕਿਉਂਕਿ ਪੰਜਾਬੀ ਬੰਦੇ ਵੀ ਮਿਲੀ ਜਾਂਦੇ ਨੇ, ਇੱਕ ਅੱਧਾ ਤਾਂ ਹੁੰਦਾ ਹੀ ਆ, ਜਿਵੇਂ ਏਅਰਪੋਰਟ ਦੇ ਵੀਰੇ ਮੁੰਡਿਆਂ ਨੂੰ, ਹੈ ਨਾ, ਆਪਾਂ ਜਾਣਦੇ ਹਾਂ ਮੁੰਡੇ ਲੱਗੇ ਹੋਏ, ਚੱਲ ਮੁੰਡੇ ਮੁੰਡੇ ਦਾ ਪਤਾ ਲੱਗ ਜਾਂਦਾ ਪੰਜਾਬੀ ਆ ਜਿਹਦੇ ਕੜਾ ਕੁੜਾ ਪਾਇਆ ਹੁੰਦਾ, ਪਛਾਣ ਆ ਜਾਂਦੀ, ਚੱਲ ਉੱਥੇ ਵਧੀਆ ਉਹਨਾਂ ਨੇ ਮਦਦ ਕੀਤੀ, ਬਾਕੀ ਬੈਠਣ ਬੂਠਣ ਨੂੰ ਅੰਦਰ ਹੀ ਬੈਠੇ ਰਹੇ, ਚਲੋ ਜੋ ਬਾਅਦ 'ਚ ਮੈਨੂੰ ਲੈਣ ਆ ਗਏ ਸੀ। ਬਾਕੀ ਨਾ ਵੀਰੇ ਇੱਕ ਚੱਕਰ ਪੈਂਦਾ, ਆਪਣੇ ਮੁੰਡੇ ਪਤਾ ਕੀ ਕਰਦੇ ਨੇ, ਉਹਦੇ ਸਮਾਨ ਦਾ ਖੰਡਾਰਾ ਜਿਹਾ ਪਾ ਲੈਂਦੇ, ਇੱਕ ਉਹੀ ਇੱਕ ਬੈਗ 'ਚ ਨਾ ਇਲੈਕਟ੍ਰੀਸ਼ਨ ਚੀਜ਼ਾਂ ਪਾਉਣ ਗੱਦੀਆਂ, ਇੱਕ ਜਿਹੜਾ ਆਪਣੇ ਲਵੇ ਪਰਸ ਰੱਖਦੇ ਨੇ ਪੈਸਿਆਂ ਵਾਲਾ, ਉਹ ਤਾਂ ਕਹਿੰਦੇ ਨੇ ਵੀ ਕੋਲ ਰੱਖ ਲਓ, ਉਹ ਵੀ ਇਲੈਕਟ੍ਰੀਸ਼ਨ ਚੀਜ਼ਾਂ ਪਾ ਲੈਂਦੇ, ਜਿਹੜੀਆਂ ਵੀ ਇਲੈਕਟ੍ਰੀਸ਼ਨ ਚੀਜ਼ਾਂ ਨੇ ਨਾ, ਆਪਣੇ ਨਾ ਹੈਂਡ ਬੈਗ 'ਚ ਹੀ ਪਾ ਕੇ ਰੱਖੋ, ਜਿਹੜਾ ਆਪਣੇ ਕੋਲ ਪੱਕਾ ਰੱਖਣਾ ਇੱਕ ਸਾਈਡ ਪਾ ਕੇ ਰੱਖੋ ਵੀਰੇ, ਜੇ ਕੱਢ ਕੇ ਉਹਨੂੰ ਚੈਕਿੰਗ ਕਰਾ ਦਿੱਤੀ, ਠੀਕ ਹੈ ਨਾ, ਉਹ ਨਾਲ ਆਪ ਬੰਦਾ ਕੰਫਰਟੇਬਲ ਜਿਹਾ ਰਹਿੰਦੀ, ਸਾਰੇ ਸਮਾਨ ਦਾ ਖੰਡਾਰ ਪਾ ਲੈਂਦੇ ਨੇ, ਵਿੱਚ ਉੱਧਰ ਵਿੱਚ ਉੱਧਰ ਪੈਸੇ ਪੂਸੇ ਅੰਦਰ ਉਹਦੇ ਜੇਬ ਜੂਬ 'ਚ ਰੱਖੋ ਉਹਨਾਂ ਨਾਲ, ਹੈ ਨਾ, ਅਤੇ ਜਿਹੜਾ ਆਪਦਾ ਖਾਣ ਪੀਣ ਵਾਲਾ ਸਮਾਨ ਉਹ ਵੀ ਹੈਂਡ ਬੈਗ 'ਚ ਹੀ ਰੱਖੋ, ਹੈਂਡ ਬੈਗ ਵੀਰੇ ਪਿੱਠੂ ਵਧੀਆ ਰਹਿੰਦਾ, ਪਿੱਠੂ ਨੂੰ ਛੇਤੀ ਕੋਈ ਰੋਕਦੇ, ਦੂਜੇ ਨੂੰ ਹਲੇ ਫੜ ਲੈਂਦੇ ਨੇ, ਪਿੱਠੂ ਵਧੀਆ ਰਹਿੰਦਾ, ਦੇ ਦਿਓ ਪਿੱਠੂ ਜਮਾਂ ਮਨਾ ਕਰਾਵੇ, ਕਿਉਂਕਿ ਕਈਆਂ ਨੇ ਮੈਂ ਸੁਣਿਆ ਵਾ ਵੀ ਸਮਾਨ ਕੱਢ ਲੈਂਦੇ ਆ ਏਅਰਪੋਰਟ 'ਤੇ ਜੇ ਆਪਣਾ ਲੌਕ ਨਹੀਂ ਲਾਇਆ ਹੁੰਦਾ। ਹਾਂ ਉਹ ਵੀਰੇ ਹੋਇਆ ਆਪਣੇ ਨਾਲ ਤਾਂ ਹੋਇਆ, ਆ ਬਾਈ ਦਾ ਸਮਾਨ ਜਾਂ ਖਾਣ ਪੀਣ ਦਾ ਲੌਸ ਜਾ ਹੋ ਗਿਆ, ਹਾਂ ਕੱਢ ਲਿਆ, ਬਾਕੀ ਵਾਲਾ ਸਾਰਾ ਸਮਾਨ ਸਹੀ ਸਲਾਮਤ, ਉਹਦਾ ਆਪਾਂ ਨੂੰ ਕੋਈ ਚੱਕਰ ਵੀ ਨਹੀਂ ਕੱਢਾ, ਠੀਕ ਆ ਠੀਕ ਆ। ਥੋੜ੍ਹਾ ਜਿਹਾ ਵੀਰੇ ਜਿਹੜੀ ਇਲੈਕਟ੍ਰੀਸ਼ਨ ਚੀਜ਼ਾਂ ਨੇ ਉਹਦੀਆਂ ਇੱਕ ਸਾਈਡ ਹੀ ਰੱਖਿਆ, ਜਦੀ ਕੱਢ ਕੇ ਉਹਨਾਂ ਮੂਹਰੇ ਚੈਕਿੰਗ ਕਰਾਤੀ, ਬਾਕੀ ਬੈਲਟ ਬੋਲਟ ਵੀ ਲਹਾ ਲੈਂਦੇ ਨੇ, ਜਾਂ ਤਾਂ ਬੈਲਟ ਲਾਓ ਹੀ ਨਾ, ਠੀਕ ਆ, ਜਾਂ ਸਕਿਉਰਟੀ ਨਾਲ, ਆਪਦਾ ਇੱਕ ਬੈਗ 'ਚ ਸਾਰਾ ਸਮਾਨ ਰੱਖੋ ਇਕੱਠਾ, ਅਤੇ ਪਾਸਪੋਰਟ ਵਗੈਰਾ ਆਪਦੇ ਇੱਕ ਪਾਸੇ ਲਹਿਦਾ ਰੱਖੋ, ਫਿਰ ਨਹੀਂ ਉਹਦੇ ਵਿੱਚ ਹੀ ਫੈਲ ਚੱਕੀ ਫਿਰ ਜਾਂਦੇ ਨੇ, ਵੀਰੇ ਵਿੱਚ ਹੀ ਉਹਦਾ ਖੰਡਾਹਰ ਜਿਹਾ ਹਲਾਵੇ, ਫਿਰ ਬੰਦੇ ਦਾ ਕੰਮ ਨਹੀਂ ਸੈੱਟ ਆਉਂਦਾ ਹੈਗਾ। ਅਤੇ ਬਾਈ ਹੈਗਾ ਆਪਣੇ ਏਰੀਏ ਦਾ ਹੀ, ਖੰਨੇ ਕੋਲ ਦਾ ਹੀ ਆਉਂਦਾ, ਆਪਣਾ ਰਿਸ਼ਤੇਦਾਰ ਹੀ ਆ ਬਾਈ, ਅਤੇ ਤਾਂ ਬੋਲੀ ਤੋਂ ਵੀ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ, ਇੱਕ ਜਣੀ ਅਸੀਂ ਇੱਧਰ ਲੁਧਿਆਣੇ ਵਾਲੇ ਸਾਈਡ ਦੇ ਹੀ ਆ ਬਾਈ। ਹਾਂ ਇੱਕ ਵੀਰੇ ਜਿਹੜਾ ਮੁੰਡਾ ਕੁੜੀ ਨਾ ਨਵੇਂ ਆਉਂਦੇ ਨੇ, ਉਹ ਵੀਰੇ ਨਾ ਏਅਰਪੋਰਟਾਂ 'ਤੇ ਖਾਣ ਦਾ ਚੱਕਰ ਬਹੁਤ ਮਹਿੰਗਾ ਪੈਂਦਾ, ਜਿਵੇਂ ਹੁਣ ਇਹ ਦੁਬਈ ਜਿਹੜੇ ਏਅਰਪੋਰਟ ਦੀ ਗੱਲ ਦੱਸੀ, ਤਾਂ ਉੱਥੇ ਵੀਰੇ ਇੱਕ ਤਾਂ ਆਪਾਂ ਨੂੰ ਚੀਜ਼ ਛੇਤੀ ਸੈੱਟ ਨਹੀਂ ਮਿਲਦੀ, ਆਪਣੇ ਇੱਧਰ ਖਾਣ ਪੀਣ ਦਾ ਹੋਰ ਹਿਸਾਬ ਆ ਨਾ, ਹੁਣ ਉੱਥੇ ਦੇ 1000 ਗ੍ਰਾਮ ਸੀ ਸਾਡੇ ਕੋਲ, 1000 ਰੁਪਇਆ ਦੀ, ਸੋਰੀ 1000 ਦੇ ਆਪਣੇ ਬਣੇ ਖਾਣੇ 38 ਗ੍ਰਾਮ ਬਣੇ ਸੀ, ਉਹ 'ਚੋਂ ਇੱਕ ਸਾਨੂੰ ਕੋਕ ਦੀ ਬੋਤਲ ਆਈ ਅਤੇ ਇੱਕ ਵਾਰ ਕੁਰਕਿਆਂ ਦਾ ਪੈਕਟ ਆਇਆ, 3 ਜਣਿਆਂ ਨੇ ਖਾਧਾ, ਉਹ ਨਾਲ ਚੰਗਾ ਨਾ ਵੀਰੇ ਜਿਹੜਾ ਆਪਣਾ ਹੈਂਡ ਬੈਗ 'ਚ, ਜਾਂ ਪਰੌਂਠੇ ਪਰੂਠੇ ਬਣਾ ਕੇ ਵਿੱਚ ਪੈਕ ਕਰ ਲਵੇ, ਜਾਂ ਤਾਂ ਘਰੋਂ ਖਾਣ ਵਾਲਾ ਸਮਾਨ ਰੱਖ ਲਵੇ ਜਿਹੜਾ ਖਰਾਬ ਨਾ ਹੋਵੇ, ਡੁੱਲੇ ਡੱਲੇ ਨਾ, ਕਿਉਂਕਿ ਇੱਕ ਪਰੌਂਠਾ ਖਾਧਾ ਬਹੁਤ ਆ, ਅਤੇ ਪਾਣੀ ਪੂਣੀ ਵੀਰੇ ਉਹ ਤਾਂ ਕੈਰੀ ਕਰ ਸਕਦਾ, ਕੋਈ ਚੱਕਰ ਵੀ ਨਹੀਂ ਹੈਗਾ, ਬੋਤਲ ਲਈ ਫਿਰੀ ਜਾਂਦੇ ਨੇ ਪਾਣੀ ਪੂਣੀ, ਆਪਦਾ ਊਂ ਏਅਰਪੋਰਟਾਂ ਦੇ ਵੀ ਹੁੰਦੇ ਆ ਪਾਣੀ ਦਾ ਸਿਸਟਮ, ਇੱਕ ਪਾਸੇ ਉੱਥੇ ਪੀ ਪੂ ਲਵੇ। ਅਤੇ ਬਾਕੀ ਹੁਣ ਗੱਲ ਕਰਦੇ ਹਾਂ ਬਾਈ ਦੇ ਵੀਜ਼ੇ ਬਾਰੇ, ਵੀਜ਼ਾ ਬਾਈ ਫਿਰ ਕਿੰਨੇ ਕੁ ਟਾਈਮ 'ਚ ਮਿਲ ਗਿਆ ਜੀ ਤੁਹਾਨੂੰ, ਲੰਬਾ ਪ੍ਰੋਸੈਸ
ਵਿੱਚ ਲੋਕ ਵੀਰੇ ਬਹੁਤ ਮਿਲੇ ਨੇ ਮੁੰਡੇ 2 ਮਹੀਨੇ ਹੁੰਦੇ ਨੇ ਜਿਹੜੀ ਫਾਇਲ ਪੈਟਰੋਲ ਕਰਾਉਣ ਵਗ ਜਾਂਦੇ ਨੇ। ਹਾਂ ਬੀਬੇ ਦੇ ਡਰੋਲ ਨਾ ਕਰਾਇਆ ਕਰੋ, ਫਾਇਲ ਲੈਣ ਨਾ ਜਾਇਆ ਕਰੋ, ਪਾਸਪੋਰਟ ਉਹ ਫਿਰ ਉਵੇਂ ਹੀ ਮੋੜ ਦਿੰਦੇ ਨੇ ਬਿਨਾਂ ਵੀਜ਼ੇ ਤੋਂ ਹੀ। ਹੁਣ ਆਹ ਮੁੰਡੇ ਦਾ ਜਿਵੇਂ ਬਾਈ ਦੱਸਦਾ ਵੀ 10 ਮਹੀਨੇ ਬਾਅਦ ਵੀ ਉਹਨੂੰ ਵੀਜ਼ਾ ਮਿਲ ਗਿਆ, ਇਸ ਲਈ ਐਂ ਡਰਿਆ ਨਾ ਕਰੋ ਵੀ ਇੰਨਾ ਚਿਰ ਹੋ ਗਿਆ ਹੁਣ ਕਿਹੜਾ ਵੀਜ਼ਾ ਮਿਲਣਾ, ਆਪਾਂ ਪਾਸਪੋਰਟ ਲੈ ਆਇਆ ਵੀਰੇ। ਕੀ ਪੈਂਦਾ ਆਪਣੇ ਲੋਕ ਕੀ ਕਰਦੇ ਨੇ ਨਾ ਉੱਥੇ ਅਲਝੀ ਜਾਂਦੇ ਨੇ ਯਾਰ, ਜਾਣੇ ਜਾ ਆਪਦੇ ਕਾਗਜ਼ ਪੱਤਰ ਪੂਰੇ ਸਹੀ ਨੇ ਤੁਹਾਡਾ ਨਾ ਵੀਰੇ, ਵੀਜ਼ਾ ਆਉਂਦੇ ਆਉਂਦਾ। ਮੈਂ ਉੱਥੇ ਕਈ ਗੇੜੇ ਲੱਗੇ ਨੇ, ਤੈਨੂੰ ਤਾਂ ਪਤਾ ਮੇਰੇ, ਮੈਂ ਵੀਰੇ ਜਿੰਨੀ ਵਾਰ ਗਿਆ ਨਾ ਸਾਰਿਆਂ ਦਾ ਵੀਜ਼ਾ ਆਈ ਜਾਂਦਾ ਲਗਭਗ, ਜਿਹਦੇ ਕੋਈ ਕਾਗਜ਼ਾਂ ਦੀ ਗੜਬੜੀ ਹੁੰਦੀ ਆ ਮਾੜਾ ਮੋਟਾ ਉਹਦਾ ਰੁਕਦਾ, ਨਹੀਂ ਰੁਕਦੇ ਆ। ਮੈਂ ਅੱਜ ਤੱਕ ਇਹ ਨਹੀਂ ਦੇਖਿਆ ਨਾ ਕਿਸੇ ਦਾ ਵੀਜ਼ਾ ਨਾ, ਲਗਭਗ ਹਰ ਇੱਕ ਦਾ ਆਉਂਦਾ, ਲੇਟ ਪ੍ਰੋਸੀਡ ਹੋ ਜਾਂਦਾ ਜ਼ਰੂਰ ਜੇ ਵੀਜ਼ਾ ਆਉਂਦਾ। ਬਸ ਆਪਦੇ ਕਾਗਜ਼ ਪੱਤਰ ਸਹੀ ਨੇ ਫਿਰ ਤਾਂ ਪੱਕਾ ਹੀ ਆਉਂਦਾ। ਹੁਣ ਆਪਣੇ ਨਾਲ ਇੱਕ ਮੁੰਡਾ ਸੀ, ਉਹਦੇ ਮਾੜਾ ਮੋਟਾ ਕਾਗਜ਼ ਨੂੰ ਉਸ ਦੀ ਉਹਨੇ ਠੀਕ ਕਰਾ ਲਿਆ, ਫੇਰ ਆ ਗਿਆ ਵੀਜ਼ਾ। ਬਾਕੀ ਨਾ ਜਨਤਾ ਵਿਡਰੋਲ ਕਰਾਉਣ ਵਾਲਾ ਕੰਮ ਬਹੁਤ ਕਰਦੀ ਆ, ਜਿਹੜੀ ਫਾਇਲ ਜਾ ਕੇ ਕਹਿੰਦੇ ਨੇ ਤਾਂ ਵਿਡਰੋਲ ਕਰਾਉਣਾ, ਉਹ ਚੱਕਰ 'ਚ ਨਾ ਪਵੇ ਫਿਰ ਬੰਦਿਆਂ ਮਗਰ ਵੀ ਪੈ ਜਾਂਦੇ ਆ ਵੀ ਸਾਡਾ ਜਲਦੀ ਕਢਾ ਕੇ ਦੇ, ਸਾਲ ਦਾ ਆਇਆ ਨਹੀਂ ਵੀਜ਼ਾ, ਕਿਸੇ ਦਾ ਹੱਥ ਪਾਸ ਨਹੀਂ ਹੈਗਾ ਨਾ। ਆਪਦੇ ਬਾਲੇ ਕੱਪੜੇ ਕੁਪੜੇ ਨਵੇਂ ਲੈਣ ਦੀ ਲੋੜ ਨੀ, ਪੁਰਾਣੇ ਕੱਪੜੇ ਚੱਕ ਲਓ, ਆਪਦਾ ਖਾਣ ਪੀਣ ਦਾ ਸਮਾਨ ਵਧੀਆ ਰੱਖ ਲਓ, ਲਿਕੁਇਡ ਲੁਕੁਇਡ ਚੀਜ਼ਾਂ ਨੂੰ ਬਾਲਾ ਨਾ ਰੱਖੋ। ਤੇ ਇੱਕ ਆਪਣੇ ਬੰਦੇ ਮਾੜਾ ਮੋਟਾ ਵਜਨ ਵੱਧ ਤਾਂ ਚੱਲ ਜਾਂਦਾ ਬਾਲਾ, ਇਹ ਵੀ ਚੱਕਰ ਵੀ ਨੀ ਪੂਰਾ ਪੂਰਾ ਰੱਖੋ। ਜੇ ਮਾੜਾ ਮੋਟਾ ਖਾਣ ਪੀਣ ਦਾ ਸਮਾਨ ਕੋਈ ਵੱਧ ਰੱਖ ਲਿਆ ਉਹ ਤਾਂ ਚੱਲ ਟਾਈਮ ਤੇ ਘੱਟ ਕਰ ਦੋ, ਨਹੀਂ ਤਾਂ ਕੋਈ ਚੱਕਰ ਨਹੀਂ। ਹੁਣ ਆਪਣੇ 6 ਕਿਲੋ ਦੇ ਹੈਂਡ ਬੈਗ ਦੀ 10-10 ਕਿਲੋ ਚੱਕੀ ਫਿਰਦੇ, ਕੋਈ ਚੱਕਰ ਨੀ ਪਿਆ, ਲੰਘ ਜਾਂਦਾ ਹੈਂਡ ਬੈਗ ਤਾਂ ਲੰਘ ਹੀ ਜਾਂਦਾ ਥੋੜਾ ਜਿਹਾ ਬਾਈ ਆਪਦਾ ਹਨਾ। ਪਹਿਲਾਂ ਫਲੈਟ ਫਰੂਟ ਦੀ ਨੌਲੇਜ ਲੈ ਕੇ ਚੱਲੇ ਬੰਦਾ, ਐਡਾ ਕੋਈ ਚੱਕਰ ਨੀ, ਆਪਦੇ ਕਾਗਜ਼ ਪੱਤਰ ਸਹੀ ਰੱਖੇ ਫਿਰ ਕੋਈ ਚੱਕਰ ਨੀ ਪੈਂਦਾ ਨਾ ਉੱਥੇ ਵੀਰੇ ਇੰਟਰਵਿਊ 'ਚ। ਹਾਂ ਥੋੜ੍ਹਾ ਜਿਹਾ ਹੁਣ ਨਾ ਟਾਈਮ ਵੱਡਾ ਜਾਣ ਲੱਗ ਗਿਆ, ਜਿਵੇਂ 1/2 ਘੰਟਾ ਲੈਂਦੇ ਨੇ ਇੰਟਰਵਿਊ। ਇੰਟਰਵਿਊ ਸਵਾਲ ਜਵਾਬ ਪੁੱਛਦੇ ਨੇ, ਪੁੱਛਦੇ ਵਿੱਚ ਵੀ ਤੁਸੀਂ ਤੁਹਾਡਾ ਹੰਗਰੀ ਕੋਈ ਰਿਸ਼ਤੇਦਾਰ ਆ, ਤੁਸੀਂ ਕਹਿੰਦੇ ਹਾਂ ਇੱਕ ਉਹਨਾਂ ਪੁੱਛਿਆ ਸੀ ਵੀ ਤੁਹਾਡਾ ਯੂਰਪੀਅਨ ਕੋਈ ਰਿਸ਼ਤੇਦਾਰ, ਆਪਾਂ ਕਿਹਾ ਵੀ ਨਹੀਂ ਸਾਡਾ ਤਾਂ ਕੋਈ ਹੈ ਹੀ ਨਹੀਂ, ਆਪਣਾ ਹੈ ਵੀ ਨਹੀਂ ਜੀ, ਠੀਕ ਆ। ਉੱਥੇ ਉਹ ਦੇਖਦੇ ਹੁੰਦੇ ਨੇ ਵੀ ਜੇ ਯੂਰਪੀਅਨ ਦਾ ਕੋਈ ਹੋਰ ਰਿਸ਼ਤੇਦਾਰ ਹੋਵੇ ਬਾਰਡਰ ਟੱਪੂ, ਹਾਂ ਵੀ ਅੱਗੇ ਨਾ ਲੰਘ ਜਾਵੇ। ਇੱਕ ਵਿੱਚ ਆਪਣੇ ਬੰਦੇ ਬਾਹਲੀ ਜ਼ਿਆਦਾ ਟਾਵਰ ਕੱਢ ਕੇ ਪਾਏ ਨੇ, ਜਿਵੇਂ ਜਾਣਾ ਅਗਲੇ ਡੈਰੀ ਫਾਰਮ 'ਚ ਹੁੰਦਾ ਨਾ, ਉਹ ਬਾਹਲੀ ਜ਼ਿਆਦਾ ਟਾਵਰ ਕੱਢ ਕੇ ਜਾਂਦੇ ਨੇ, ਫਿਰ ਗੱਲਾਂ ਇੰਗਲਿਸ਼ 'ਚ ਕਰਨਗੇ, ਨਾ ਤਾਂ ਵੀਰੇ ਇੰਗਲਿਸ਼ 'ਚ ਗੱਲ ਹੁੰਦੀ ਆ ਉਹਨਾਂ ਤੋਂ, ਨਾ ਉਹਨਾਂ ਤੋਂ ਹੁੰਦੀ ਆ ਪੂਰੀ ਪੰਜਾਬੀ, ਜਾਂ ਤਾਂ ਪਹਿਲਾਂ ਹੀ ਕਹਿ ਦੋ ਵੀ ਤਾਂ ਪੰਜਾਬੀ ਹਿੰਦੀ ਮਾੜੀ ਮੋਟੀ ਆਉਂਦੀ ਆ, ਅਤੇ ਜਾਂ ਬਾਹਲੀ ਜ਼ਿਆਦਾ ਟਾਵਰ ਕੱਢ ਕੇ ਜਾਂਦੇ, ਫਿਰ ਉਹ ਪੁੱਛਦੇ ਵੀ ਚੱਲ ਪੜ੍ਹਿਆ ਲਿਖਿਆ ਬੰਦਾ ਘੜੀ ਘੁੜੀ ਲਾਈ ਹੁੰਦੀ ਆ, ਵੀ ਉਹ ਡੈਰੀ ਫਾਰਮ ਵਾਲਾ ਥੋੜ੍ਹੀ ਬੰਦਾ ਕੰਮ ਕਰਨ ਵਾਲਾ, ਠੀਕ ਆ। ਆਪਦਾ ਉਹ ਹਿਸਾਬ ਨਾਲ ਜਾਓ ਵੀ ਹਾਂ ਲੱਗੇ ਅਸੀਂ ਕੰਮ ਕਰਨ ਵਾਲੇ ਬੰਦੇ ਆ, ਬਾਕੀ ਆਪਦਾ ਹੌਲੀ ਹੌਲੀ ਗੱਲ ਕਰੋ, ਕਾਹਲੀ ਜਵਾਬ ਨਾ ਦਿਓ, ਜਵਾਬ ਦਿੰਦੇ ਨੇ ਇੱਥੇ ਜੀ ਕੰਮ ਨੀ ਹੈਗਾ, ਐ ਨੀ ਹੈਗਾ। ਯਾਰ ਆਪਦੀ ਗੱਲ ਦੱਸ ਦੋ ਬਈ, ਸਾਡਾ ਇਲਾਕਾ ਏਦਾਂ ਉਧਰ ਫੈਕਟਰੀਆਂ ਵੱਧ ਲੱਗੀਆਂ, ਸਾਡੀ ਜ਼ਮੀਨਾਂ ਜਮੁਨਾਂ ਦੀ ਕਦਰ ਘੱਟ ਹੀ ਆ, ਕਿਸਮ ਦੇ ਸਿਰ ਤੇ ਵੀ ਕਦੇ ਫਸਲ ਵਧੀਆ ਨਿਕਲਦੀ ਕਦੇ ਘੱਟ ਨਿਕਲਦੀ ਆ, ਠੀਕ ਆ। ਹੁਣ ਇੱਕ ਹੀ ਜਵਾਬ ਦੇਈ ਜਾਣਾ ਸਾਰੇ ਰੱਟਾ ਲਾ ਕੇ, ਉਹ ਗੱਲ ਗਲਤ ਹੋ ਜਾਂਦੀ ਆ। ਐਕਸਪੀਰੀਅੰਸ ਬਾਰੇ ਪੁੱਛਿਆ ਸੀ ਵੀ ਹੈਗਾ ਤੁਹਾਨੂੰ ਕੰਮ ਦਾ ਐਕਸਪੀਰੀਅੰਸ ਡੈਰੀ ਫਾਰਮ, ਤਾਂ ਆਪਣਾ ਇਦਾਂ ਵੀ ਆਪਣਾ ਘਰ ਦੇ ਕੰਮ ਆ, ਠੀਕ ਆ। ਆਪਾਂ ਘਰੇ ਹੀ ਕਰਦੇ ਹਾਂ ਵੀ ਆਪਣੀਆਂ ਡੰਗਰ ਵਾਧੇ ਘੱਟ ਰਹੇ ਨੇ, ਠੀਕ ਆ। ਆਪਣਾ 10 ਕੁ ਡੰਗਰਾਂ ਦਾ ਆਪਦਾ ਛੋਟਾ ਜਿਹਾ ਫਾਰਮ ਆ ਸਾਡਾ, ਡੈਰੀ ਫਾਰਮ ਕੋਈ ਰਜਿਸਟਰ ਰਜੁਸਟਰ ਨਾ ਸਾਨੂੰ ਕੋਈ ਖਾਸ ਆਮਦਨ ਇੰਨੀ, ਠੀਕ ਵੀ ਇੱਦਾਂ ਗੱਲਾਂ ਬਾਤਾਂ। ਅਤੇ ਉਹ ਕਹਿੰਦੇ ਵੀ ਸਾਂਭ ਸੰਭਾਲ ਕਿਵੇਂ ਕਰਦੇ ਹੋ ਬੈੜੀਆਂ ਦੀ, ਕੋਈ ਕਹਿੰਦਾ ਵੀ ਚਾਰਾ ਪਾ ਕੇ ਵੀ ਉੱਧਰ ਇੱਧਰ ਦੱਸ ਦੇਵੇ ਵੀਰੇ, ਹੈ ਨਾ ਵੀ ਡੰਗਰਾਂ ਨੂੰ ਟਾਈਮ ਸਿਰ ਬੰਨੋ, ਟਾਈਮ ਸਿਰ ਉਹਨਾਂ ਨੂੰ ਕੱਖ ਪਾ ਦਿਉ, ਜੇ ਤੁਹਾਨੂੰ ਡੰਗਰ ਨੂੰ ਉੱਚੇ ਨਹੀਂ ਬਿਠਾ ਉਹਨਾਂ ਬੰਨੋ, ਡੰਗਰ ਨੂੰ ਭਾਰ ਦੀ ਪ੍ਰੋਬਲਮ ਆ ਜਾਂਦੀ ਆ, ਹਾਂ ਇੱਦਾਂ ਇੱਦਾਂ ਦੇ ਜਵਾਬ ਦਿੱਤੇ ਸੀ। ਜਵਾਬ ਵੀ ਵੀਰੇ ਉਹ ਦੇਵੋ ਨਾ ਜਿਹ 'ਚ ਗੱਲ ਸੱਚ ਲੱਗੇ, ਆਪੋ ਵੀ ਜਵਾਬ ਦੇ ਦੀ, ਉਹਦਾ ਤੁੱਕਾ ਹੀ ਨਾ ਮਿਲੇ, ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ। ਹੋਰ ਫਿਰ ਬਾਈ ਹੰਗਰੀ ਕਿਵੇਂ ਲੱਗੀ ਤੁਹਾਨੂੰ, ਹੰਗਰੀ ਵਧੀਆ ਲੱਗਿਆ? ਤੇ ਹੰਗਰੀ ਵੀਰੇ ਵਧੀਆ ਲੱਗਿਆ, ਹਲੇ ਥੋੜਾ ਥੋੜਾ ਢਲ ਜੇ ਰਹੇ ਨਾਲ, ਕਿਉਂਕਿ ਆਪਣੇ ਉਧਰ ਮੌਸਮ ਹੋਰ ਤੇ ਇੱਥੇ ਥੋੜਾ ਹੋਰ ਆ, ਇਹਦੇ ਖਾਣ ਪੀਣ ਦੇ ਸਿਸਟਮ 'ਚ ਬਹੁਤ ਫਰਕ ਆ। ਹਾਂ ਬਹੁਤ ਫਰਕ ਆ ਬਾਈ, ਜਿਹੜਾ ਉਧਰੋਂ ਵੈਜ ਖਾਂਦੇ ਨੇ ਉਹਨਾਂ ਲਈ ਬਹੁਤ ਔਖਾ ਉਰੇ, ਕਿਉਂਕਿ ਹਰੇਕ ਚੀਜ਼ 'ਚ ਇੱਥੇ ਤੁਹਾਨੂੰ ਮੀਟ ਹੀ ਮਿਲਣਾ, ਗਾਂ ਦਾ, ਸੂਰ ਦਾ, ਪਤਾ ਨਹੀਂ ਕੀ ਕੀ ਦੇਣਾ, ਮਸਾਲਿਆਂ ਦਾ ਬਹੁਤ ਚੱਕਰ ਪੈਂਦਾ। ਆਪਾਂ ਮਸਾਲੇਦਾਰ ਖਾਣਾ ਬਿਨਾਂ ਲੂਣ ਮਿਰਚ ਤੋਂ, ਮੈਂ ਤਾਂ ਚੱਲ ਘੱਟੀ ਖਾਣਾ ਲੂਣ ਮਿਰਚ, ਆਪਾਂ ਮਿੱਠਾ ਵੀ ਘੱਟੀ ਖਾਂਦੇ, ਆਪਾਂ ਸੈਟ ਹੀ ਬੈਠੇ ਹੁੰਦੇ, ਖਾ ਚੱਕਰ ਨੀ। ਮਿੱਠੀ ਚੀਜ਼ ਜ਼ਿਆਦਾ ਖਾਂਦੇ ਆ ਜਾਂ ਫਿਰ ਸਿਗਰਟਾਂ ਵਾਲੀਆਂ ਪੀਂਦੇ ਨੇ ਹਲੇ। ਆਪਦੀ ਦਵਾਈ ਬੂਟੀ ਵੀਰੇ ਨਾਲ ਲੈ ਕੇ ਆਓ ਪਹਿਲਾਂ, ਜਿਹੜੀ ਜਿਹੜੀ ਪ੍ਰੋਬਲਮ ਲੱਗਦੀ ਆ, ਬਿੱਲ ਬੁੱਲ ਮੈਡੀਸਨ ਇੱਧਰ ਘੱਟ ਹੀ ਆ, ਇੱਦਾਂ ਦੀਆਂ ਚੀਜ਼ਾਂ ਜਾਣੀ ਜ਼ਰੂਰ ਲੈ ਕੇ ਆਓ ਨਾਲ। ਤੇ ਫਾਰਮ 'ਚ ਬਾਈ ਫਿਰ ਕਿਵੇਂ ਵੀ ਕਿੰਨੇ ਘੰਟੇ ਡਿਊਟੀ ਮਿਲੀ ਆ ਤੁਹਾਨੂੰ? ਫਾਰਮ 'ਚ ਵੀਰੇ ਆਪਣੀ 8 ਘੰਟੇ ਡਿਊਟੀ ਆ, 4-3 ਘੰਟੇ ਸਵੇਰੇ ਕੰਮ ਆ, ਬਾਕੀ ਇੰਨਾ ਸ਼ਾਮ ਨੂੰ ਵੀਰੇ।
ਬਾਕੀ ਯਾਰ ਕੰਮ ਜਿਹੜੇ ਬੰਦੇ ਨੇ ਡੰਗਰਾਂ ਦਾ ਕੀਤਾ ਉਹਦਾ ਕੋਈ ਡੰਗਰਾਂ ਨੂੰ ਗਲਾ ਗੁਲਾ ਨੀ ਆਉਂਦੀ ਹੈਗੀ ਉਹਦੇ ਲਈ ਇੱਕ ਬਰਾਬਰੀ ਆ ਠੀਕ ਆ ਉਧਰ ਵੀ ਇਧਰ ਵੀ ਤੇ ਹਾਂ ਕੰਮ ਤਾਂ ਹੁਣ ਜਿਵੇਂ ਫੈਕਟਰੀ ਬਾਰਾਂ ਬਾਰਾਂ ਘੰਟੇ ਕੀਤਾ ਬੰਦੇ ਨੂੰ ਤਾਂ ਨੀ ਲੱਗਦਾ ਇੱਧਰ ਔਖਾ ਜਿਹਨੇ ਇੰਡੀਆ ਦੇ ਧੱਕੇ ਖਾਧੇ ਨੇ ਜਿਹਨੇ ਨਹੀਂ ਖਾਧੇ ਬਈ ਉਹਨੂੰ ਔਖਾ ਲੱਗਦਾ ਇਹ ਤਾਂ ਫਿਰ ਉਧਰੋਂ ਕਹਿੰਦੇ ਹੁੰਦੇ ਆ ਬਾਈ ਸਾਨੂੰ ਜਿਹੜੇ ਚ ਮਰਜ਼ੀ ਸੱਦ ਲਾ ਫਿਰ ਇੱਧਰ ਆ ਕੇ ਕਹਿੰਦੇ ਆ ਯਾਰ ਇਹ ਤਾਂ ਗੋਹੇ ਕੂੜੇ ਵਾਲਾ ਕੰਮ ਆ ਉਹਦਾ ਵੀ ਪਹਿਲਾਂ ਦੇਖ ਕੇ ਹੀ ਆਓ ਵੀ ਭਾਈ ਉਹ ਗੋਹਾ ਕੂੜਾ ਤਾਂ ਹੋਊਗਾ ਹੀ ਹੁਣ ਜਦ ਡੈਰੀ ਫਾਰਮ ਚ ਚੱਲੇ ਹੋ ਡੈਰੀ ਫਾਰਮ ਚ ਇਹੋ ਜਿਹਾ ਹੀ ਕੰਮ ਹੁੰਦਾ ਯਾਰ ਵੀ ਇਹ ਦੂਜੇ ਰੋਡ ਬਹੁਤ ਸੌਖਾ ਹੁੰਦੇ ਆਪਾਂ ਆਪਦਾ ਕੋਈ ਬਾਲਾ ਕੰਮ ਕਰਦੇ ਚਾਹ ਹਨਾ ਡਰਾਈਵਰ ਡਰੂਵਰ ਆਪਾਂ ਨੂੰ ਕਮਰਾ ਰੈਂਟ ਵੀ ਦੇਣਾ ਪੈਂਦਾ ਪਾਣੀ ਮਹਿੰਗਾ ਇੱਥੇ ਠੀਕ ਆ ਹੁਣ ਇੱਥੇ ਆਪਾਂ ਨੂੰ ਕਮਰੇ ਦੇ ਰਹਿਣ ਨੂੰ ਮਿਲ ਗਿਆ ਰਿਹਾਇਸ਼ ਫ੍ਰੀ ਮਿਲ ਗਈ ਗੈਸ ਵਗੈਰਾ ਫ੍ਰੀ ਮਿਲ ਗਈ ਹਾਂ ਇੱਥੇ ਆਪਾਂ ਫੈਕਟਰੀ 'ਚ ਪੈਂਦੇ ਹੁੰਦੇ ਉੱਥੇ ਗੰਦੇ ਮੂੰਹ ਰੋਕਣੀ ਪੈ ਜਾਂਦੀ ਸੀ ਇੱਥੇ ਇੱਥੇ ਰਿਹਾਇਸ਼ਾਂ ਜੇ ਤੁਸੀਂ ਫਾਰਮ 'ਚ ਆਉਂਦੇ ਹੋ ਫਿਰ ਤਾਂ ਸਮਝ ਲਓ ਵੀ ਇਹੋ ਜਿਹੀ ਰਿਹਾਇਸ਼ ਮਿਲਣੀ ਆ ਤੁਹਾਨੂੰ ਜੇ ਅਲੱਗ ਸ਼ਹਿਰ 'ਚ ਆ ਫਿਰ ਵਧੀਆ ਰਿਹਾਇਸ਼ ਮਿਲ ਜਾਂਦੀ ਆ ਬਾਕੀ ਯਾਰ ਥੋੜ੍ਹਾ ਜਿਹਾ ਨਾ ਇੱਥੇ ਤੁਸੀਂ ਬੰਦਾ ਜਿਹਾ ਭੇਦ ਭੂਤ ਪਾ ਲੈਂਦਾ ਸਾਲ ਛੇ ਮਹੀਨੇ ਲਾਓ ਉਦੋਂ ਬਾਅਦ ਦੇਖੋ ਤੁਹਾਡਾ ਅੱਗੇ ਫਿਰ ਦੇਖ ਲਓ ਜਿਵੇਂ ਉੱਥੇ ਪੁਰਤਗਾਲ ਮੈਂ ਮੁੰਡੇ ਮਿਲੇ ਸੀ ਮੈਨੂੰ ਏਅਰਪੋਰਟ ਤੇ ਚੱਲ ਮੈਂ ਵੱਧ ਟਾਈਮ ਬੈਠਿਆ ਉੱਥੇ ਤੇ ਵਿੱਚ ਤਾਂ ਉਤਰਨ ਸਾਰੀ ਦੋ ਮੁੰਡੇ ਤਾਂ ਭੱਜ ਗਏ ਸੀ ਨਾ ਉੱਧਰ ਪੁਰਤਗਾਲ ਨੂੰ ਲੰਘ ਗਏ ਅੱਖਾਂ ਬੀਜ ਗਈ ਵਿੱਚ ਕਹਿੰਦੇ ਅਸੀਂ ਵੀ ਥੋੜ੍ਹਾ ਟਾਈਮ ਲਾਉਣਾ ਫੇਰ ਜਾਣਾ ਵਿੱਚ ਪੁਰਤ ਇੱਧਰੋਂ ਜਿਹੜੀਆਂ ਤਿੰਨ ਚਾਰ ਮਹੀਨੇ ਲਾਏ ਸੀ ਨਾ ਉਹਨਾਂ ਕੋਲ ਕਿੰਨਾ ਤਜਰਬਾ ਹੁੰਦਾ ਨਾ ਵੀਰੇ ਉਹ ਵੀ ਉੱਠ ਕੇ ਇੱਧਰ ਉੱਧਰ ਜਾ ਰਹੇ ਸੀ ਹਰਿਆਣੇ ਦੇ ਮੁੰਡੇ ਜੀ ਦੋ ਇੱਧਰ ਸ਼ੀਲੂ ਦੇ ਪਿੰਡਾਂ ਵੱਲ ਹੀ ਦੇ ਸੀ ਉਹ ਉਹ ਦੋ ਹਰਿਆਣੇ ਦੇ ਦੋ ਵੀ ਇੱਧਰ ਪੁਰਤਗਾਲ ਨੂੰ ਭੱਜ ਰਹੇ ਸੀ ਬਸ ਆਈਆਂ ਬਾਈ ਦੇਖ ਦੇਖ ਭੱਜੀ ਜਾਂਦੇ ਆ ਬਸ ਵੀ ਪੁਰਤਗਾਲ ਪਤਾ ਨੀ ਕੀ ਆ ਵੀ ਇੱਥੇ ਲਾ ਕੇ ਤਾਂ ਦੇਖੋ 6-7 ਮਹੀਨੇ ਉਦੋਂ ਬਾਅਦ ਅੱਗੇ ਲੰਘ ਜਾ ਬਾਕੀ ਯਾਰ ਹੁਣ ਪੁਰਤਗਾਲ ਵੀ ਔਖੇ ਹੋਏ ਪੁਰਤਗਾਲ ਵਾਲੇ ਮੈਨੂੰ ਬਹੁਤ ਫੋਨ ਆਉਂਦੇ ਨੇ ਵੀ ਬਾਈ ਸਾਨੂੰ ਇੱਥੇ ਕੰਮ ਦਵਾ ਦੇ ਹੰਗਰੀ ਚ ਅਸੀਂ ਆ ਜਾਂਦੇ ਆ ਵਾਪਸ ਫਿਰ ਵਾਪਸ ਤੁਹਾਨੂੰ ਪਤਾ ਇੱਥੇ ਕਿਹੜਾ ਰੱਖਦਾ ਵਾ ਉੱਥੇ ਮੁੰਡੇ ਉੱਥੋਂ ਹਾਨੀ ਏਅਰਪੋਰਟ ਤੋਂ ਕੰਮ ਛੱਡ ਕੇ ਉੱਥੇ ਵਗ ਗਏ ਮਾਲਟਾ ਹੁਣ ਮਾਲਟਾ ਤੋਂ ਵੀਰੇ ਫੇਰ ਇੱਧਰ ਆ ਰਹੇ ਨੇ ਉਹ ਹੁਣ ਮਾਲਟਾ ਜੋ ਉੱਥੇ ਕੰਮ ਨੀ ਮਿਲਿਆ ਹੁਣ ਡਬਲ ਡਬਲ ਖਰਚਾ ਪੈ ਰਿਹਾ ਜਾਂ ਆਪਦੇ ਵੀਰੇ ਚਾਰ ਪੈਸੇ ਜੋੜ ਕੇ ਰੱਖੋ ਜੇ ਤੁਹਾਨੂੰ ਸਾਲ ਛੇ ਮਹੀਨੇ ਕੰਮ ਨੀ ਮਿਲਿਆ ਹਨਾ ਤੁਸੀਂ ਆਪਦਾ ਖਰਚਾ ਜਾਓ ਉੱਧਰ ਇੰਡੀਆ ਨੂੰ ਔਖਾ ਕਰੋ ਬਾਕੀ ਯਾਰ ਇੱਧਰ ਵੀਰੇ ਊਂ ਵੀ ਸੌਖਾ ਨਾ ਬੰਦਾ ਐਮਰਜੈਂਸੀ ਜਿਵੇਂ ਹੁਣ ਆਪਣਾ ਮੁੰਡਾ ਗਿਆ ਉੱਧਰ ਪੁਰਤਗਾਲ ਚਲੇ ਗਏ ਦੋ ਤਿੰਨ ਸਾਲ ਤਾਂ ਭੁੱਲ ਜਾਓ ਵੀ ਤੁਸੀਂ ਇੰਡੀਆ ਚਲੇ ਜਾਓਗੇ ਬਾਕੀ ਯਾਰ ਅਰਬ ਕੰਟਰੀ ਨੂੰ ਬਹੁਤ ਵਧੀਆ ਬਾਈ ਇੱਥੇ ਕੰਮ ਕਰਨਾ ਬਹੁਤ ਸੌਖਾ ਨਾ ਇੱਥੇ ਬੜੀ ਜ਼ਿਆਦਾ ਗਰਮੀ ਨਾ ਬੰਦਾ ਬੜਾ ਥੱਕਦਾ ਨਾ ਬਿਮਾਰ ਬਿਮਾਰ ਹੁੰਦਾ ਤੇ ਬਾਕੀ ਚਲੋ ਠੀਕ ਆ ਜੀ ਬਾਕੀ ਫੇਰ ਕਦੇ ਕਰਦੇ ਆ ਗੱਲਬਾਤ ਚੈਨਲ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਇੰਸਟਾ ਤੇ ਮੈਸੇਜ ਕਰ ਲਿਆ ਕਰੋ ਜੇ ਕੋਈ ਕੰਮ ਹੁੰਦਾ ਆਪਾਂ ਨੂੰ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ